जिस स्पीड दे नाल पंजाब दे विच डेंगू दे केसेस वध रहे ने, पंजाब दे हालत बहुत गंभीर हुंदे जा रहे ने। ऑलमोस्ट डबल नंबर ऑफ केसेस ने और डबल ही मौतां हो चुकियां ने हुण तक, कि बहुत माड़े हालात ने जिहड़े ओह बणे पए ने। पर हजे तक पंजाब सरकार ते हैल्थ डिपार्टमेंट है जिहड़ा ओह सुत्ता पिया है, और समझ इस गल दी नहीं आउंदी हैगी कि जिहड़ी बीमारी ऑलमोस्ट हर साल आउंदी है ਉਹਦੇ ਲਈ ਵੀ ਸਰਕਾਰ ਇੰਨੀ ਅਣਗਹਿਲੀ ਕਿਉਂ ਕਰ ਰਹੀ ਹੈ। ਅਸੋ ਚੰਨੀ ਸਾਹਿਬ ਨੂੰ ਬੇਨਤੀ ਹੈ ਕਿ ਦਿੱਲੀ ਦਾ ਖਹਿੜਾ ਛੱਡੋ, ਪੰਜਾਬ ਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਡੇਂਗੂ ਦੀ ਵਜ੍ਹਾ ਕਰਕੇ। ਹਸਪਤਾਲ ਖੁਦ ਆਪ ਵੈਂਟੀਲੇਟਰ ਦੇ ਉੱਪਰ ਨੇ, SDP ਕਿੱਟਸ ਨੇ ਜਿਹੜੀਆਂ ਉਹ ਹਸਪਤਾਲਾਂ ਦੇ ਵਿੱਚ ਹੈ ਨਹੀਂ, ਅਤੇ ਤੁਸੀਂ ਅਤੇ ਤੁਹਾਡੀ ਸਰਕਾਰ ਅੱਖਾਂ ਬੰਦ ਕਰਕੇ ਔਰ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸੀ। ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸੂਬੇ 'ਚ ਵੱਧ ਰਹੇ ਡੇਂਗੂ ਦੇ ਮਾਮਲਿਆਂ 'ਤੇ ਪ੍ਰਤੀਕਰਮ ਦਿੰਦਿਆਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਅਰੋੜਾ ਨੇ ਇਸ ਮਾਮਲੇ 'ਚ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਨੇ। ਦੇਖੋ, ਮੈਂ ਸਮਝਦਾ ਕਿ ਜਿਸ ਸਪੀਡ ਦੇ ਨਾਲ ਪੰਜਾਬ ਦੇ ਵਿੱਚ ਡੇਂਗੂ ਦੇ ਕੇਸਿਸ ਵੱਧ ਰਹੇ ਨੇ, ਪੰਜਾਬ ਦੇ ਹਾਲਤ ਬਹੁਤ ਗੰਭੀਰ ਹੁੰਦੇ ਜਾ ਰਹੇ ਨੇ। ਦਿਨ ਪ੍ਰਤੀ ਦਿਨ ਕੇਸਿਸ ਨੇ ਜਿਹੜੇ ਔਰ ਮੌਤਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ ਆਲਮੋਸਟ ਡਬਲ ਨੰਬਰ ਆਫ ਕੇਸਿਸ ਨੇ ਔਰ ਡਬਲ ਹੀ ਮੌਤਾਂ ਹੋ ਚੁੱਕੀਆਂ ਨੇ ਹੁਣ ਤੱਕ। ਅਸੀਂ ਇਸ ਸੰਬੰਧ ਦੇ ਵਿੱਚ ਪਿਛਲੇ ਦਿਨ ਹੀ ਜਿਸ ਦਿਨ ਆਲ ਪਾਰਟੀ ਮੀਟਿੰਗ ਸੀ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੂੰ ਵੀ ਬੇਨਤੀ ਕੀਤੀ ਸੀ, ਅਤੇ ਅਗਲੇ ਦਿਨ ਡਿਪਟੀ ਚੀਫ ਮਿਨਿਸਟਰ OP ਸੋਨੀ ਜੀ ਨੂੰ ਆਮ ਆਦਮੀ ਪਾਰਟੀ ਦਾ ਵਫਦ ਮਿਲਿਆ ਸੀਗਾ ਕਿ ਬਹੁਤ ਮਾੜੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ, ਪਰ ਹਜੇ ਤੱਕ ਪੰਜਾਬ ਸਰਕਾਰ ਅਤੇ ਹੈਲਥ ਡਿਪਾਰਟਮੈਂਟ ਹੈ ਜਿਹੜਾ ਉਹ ਸੁੱਤਾ ਪਿਆ ਹੈ। ਔਰ ਸਮਝ ਇਸ ਗੱਲ ਦੀ ਨਹੀਂ ਆਉਂਦੀ ਹੈਗੀ ਕਿ ਜਿਹੜੀ ਬਿਮਾਰੀ ਆਲਮੋਸਟ ਹਰ ਸਾਲ ਆਉਂਦੀ ਹੈ ਉਹਦੇ ਲਈ ਵੀ ਸਰਕਾਰ ਇੰਨੀ ਅਣਗਹਿਲੀ ਕਿਉਂ ਕਰ ਰਹੀ ਹੈ। ਪਰ ਸਰਕਾਰ ਕੰਮ ਤਾਂ ਕਰੇ ਜੇ ਸਰਕਾਰ ਪੰਜਾਬ ਦੇ ਵਿੱਚ ਹੋਵੇ। ਹਰ ਦੂਸਰੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀਆਂ ਨੂੰ ਦਿੱਲੀ ਤਲਬ ਕਰ ਲਿਆ ਜਾਂਦਾ, ਕਿਉਂਕਿ ਕੋਈ ਨਾ ਕੋਈ ਉਹਨਾਂ ਦਾ ਹੀ ਕੁਲੀਗ ਉਹਨਾਂ ਦੀਆਂ ਸ਼ਿਕਾਇਤਾਂ ਕਰਿਆ, ਉਹਦੇ ਬਾਅਦ ਦੇ ਵਿੱਚ ਉਹ ਆਪਦੀਆਂ ਸਫਾਈਆਂ ਦੇਣ ਦੇ ਲਈ ਦਿੱਲੀ ਪਹੁੰਚ ਜਾਂਦੇ ਨੇ। ਮੈਂ ਸਮਝਦਾ ਕਿ ਇਹ ਬਹੁਤ ਗੈਰ ਜ਼ਿੰਮੇਵਾਰਾਨਾ ਤਰੀਕਾ ਹੈ ਪੰਜਾਬ ਸਰਕਾਰ ਦਾ। ਸੋ ਚੰਨੀ ਸਾਹਿਬ ਨੂੰ ਬੇਨਤੀ ਹੈ ਕਿ ਦਿੱਲੀ ਦਾ ਖਹਿੜਾ ਛੱਡੋ, ਪੰਜਾਬ ਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਡੇਂਗੂ ਦੀ ਵਜ੍ਹਾ ਕਰਕੇ। ਹਸਪਤਾਲ ਖੁਦ ਆਪ ਵੈਂਟੀਲੇਟਰ ਦੇ ਉੱਪਰ ਨੇ, SDP ਕਿੱਟਸ ਨੇ ਜਿਹੜੀਆਂ ਉਹ ਹਸਪਤਾਲਾਂ ਦੇ ਵਿੱਚ ਹੈ ਨਹੀਂ, ਅਤੇ ਤੁਸੀਂ ਅਤੇ ਤੁਹਾਡੀ ਸਰਕਾਰ ਅੱਖਾਂ ਬੰਦ ਕਰਕੇ ਔਰ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਪਈ ਹੈ। ਸੋ ਕਿਰਪਾ ਕਰਕੇ ਜਾਂ ਤਾਂ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਕਿਵੇਂ ਬਚਾਉਣਾ ਉਹਦਾ ਧਿਆਨ ਰੱਖੋ, ਅਤੇ ਜੇ ਨਹੀਂ ਦਿੱਲੀ ਜਾਣ ਦੀ ਮਜਬੂਰੀ ਹੈ ਅਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਡੇਂਗੂ ਦੇ ਉੱਪਰ ਕਿਵੇਂ ਕਾਬੂ ਪਾਇਆ ਉਹਨਾਂ ਕੋਲੋਂ ਔਰ ਸਤਿੰਦਰ ਜੈਨ ਜੀ ਕੋਲੋਂ ਘੱਟੋ ਘੱਟ ਜਾ ਕੇ ਉਹਦੀਆਂ ਕਲਾਸਾਂ ਜ਼ਰੂਰ ਲੈ ਆਓ। ਦੱਸ ਦੇ ਕਿ ਪੰਜਾਬ 'ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ। ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਸਿਹਤ ਵਿਭਾਗ ਨੂੰ ਚਾਹੀਦਾ ਕਿ ਡੇਂਗੂ ਦੀ ਰੋਕਥਾਮ ਲਈ ਸਾਰਥਕ ਕਦਮ ਚੁੱਕੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ।